ਟਰੱਕਾਂ ਵਾਲੇ ਸ਼ਰਾਬਾਂ ਪੀਂਦੇ ਆ, ਮੁੱਛਾਂ ਨੂੰ ਚਾੜਦੇ ਆ, ਕੁੜੀਆਂ ਨੂੰ ਵੀ ਛੇੜਦੇ ਆ। ਚੰਗੇ ਵੀ ਹੁੰਦੇ ਆ ਟਰੱਕਾਂ ਵਾਲੇ। ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਜੀ ਗੱਲ ਪੰਜਾਬ ਦੀ। ਪ੍ਰੋਗਰਾਮ ਜ਼ਿੰਦਗੀ ਜ਼ਿੰਦਾਬਾਦ ਵਿੱਚ ਸਵਾਗਤ ਹੈ ਜੀ। ਤੇ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਨੇ ਜੀ ਪੰਜਾਬੀਆਂ ਦੇ ਫੇਵਰੇਟ ਰਾਈਟਰ, ਸਿੰਗਰ, ਐਕਟਰ ਬੱਬੂ ਮਾਨ ਸਾਹਿਬ ਦੀਆਂ। ਉਹਨਾਂ ਦੀਆਂ ਗੱਲਾਂ ਅੱਜ ਆਪਾਂ ਇਸ ਕਰਕੇ ਕਰਨੀਆਂ ਨੇ ਜਨਾਬ, ਕਿਉਂਕਿ 4 ਸਾਲਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਬੱਬੂ ਮਾਨ ਆਪਣੀ ਨਵੀਂ ਨਕੋਰ ਫਿਲਮ ਲੈ ਕੇ ਆ ਰਹੇ ਨੇ ਜੀ। ਫਿਲਮ ਦਾ ਨਾਂ ਹੈ ਬੰਜਾਰਾ। 3 ਤਰ੍ਹਾਂ ਦੇ ਸਪੈਸ਼ਲ ਕੈਰੈਕਟਰ ਇਸ ਫਿਲਮ ਦੇ ਵਿੱਚ ਤੁਹਾਨੂੰ ਬੱਬੂ ਮਾਨ ਸਾਹਿਬ ਦੇ ਦਿਖਾਈ ਦੇਣਗੇ। 2014 ਦੇ ਵਿੱਚ ਆਖਰੀ ਫਿਲਮ ਬੱਬੂ ਮਾਨ ਸਾਹਿਬ ਦੀ ਅਸੀਂ ਵੇਖੀ ਸੀ, ਉਹ ਸੀ ਬਾਜ਼। ਉਸ ਤੋਂ ਬਾਅਦ ਕਾਫੀ ਵੱਡਾ ਗੈਪ ਉਹਨਾਂ ਨੇ ਫਿਲਮਾਂ ਦੇ ਵਿੱਚ ਲਿਆ ਜੀ, ਅਤੇ ਫਾਈਨਲੀ ਹੁਣ ਉਹ ਦੁਬਾਰਾ ਆਏ ਨੇ ਜੀ ਬੰਜਾਰਾ ਲੈ ਕੇ। ਫਿਲਮ ਨੂੰ ਡਾਇਰੈਕਟ ਕੀਤਾ ਹੈ ਜੀ ਮੁਸ਼ਤਾਕ ਪਾਸ਼ਾ ਨੇ, ਅਤੇ ਦੇਖਦੇ ਹਾਂ ਜੀ ਇਸ ਫਿਲਮ ਦੇ ਵਿੱਚ ਹੁਣ ਬੱਬੂ ਮਾਨ ਸਾਹਿਬ ਕਿਸ ਤਰ੍ਹਾਂ ਆਪਣੇ ਕੈਰੈਕਟਰਾਂ ਦੇ ਨਾਲ ਸਾਨੂੰ ਐਂਟਰਟੇਨ ਕਰਦੇ ਨੇ ਜੀ। 3 ਤਰ੍ਹਾਂ ਦੇ ਕੈਰੈਕਟਰ ਨੇ ਜਿਨ੍ਹਾਂ ਨੇ ਐਕਸਾਈਟਮੈਂਟ ਪੈਦਾ ਕੀਤੀ ਹੋਈ ਹੈ ਜੀ। 3 ਤਰ੍ਹਾਂ ਦੇ ਕਿਰਦਾਰ ਬੱਬੂ ਮਾਨ ਸਾਹਿਬ ਦੇ ਦਿਖਾਈ ਦੇਣਗੇ ਜੀ, ਅਤੇ ਟਰੱਕ ਡਰਾਈਵਰਾਂ ਦੇ ਉੱਪਰ ਫਿਲਮ ਬੇਸਡ ਹੈ ਜੀ। 3 ਕਹਾਣੀਆਂ, 3 ਟਾਈਮ ਦਿਖਾਏ ਨੇ, 3 ਟਾਈਮਾਂ ਦੇ ਅਲੱਗ ਅਲੱਗ ਟਰੱਕ ਡਰਾਈਵਰਾਂ ਦੇ ਕੈਰੈਕਟਰ ਬੱਬੂ ਮਾਨ ਸਾਹਿਬ ਨੇ ਕੀਤੇ ਨੇ ਜੀ। ਸੋ ਹੁਣ ਦੇਖਦੇ ਹਾਂ 7 ਦਸੰਬਰ ਨੂੰ ਫਾਈਨਲੀ ਫਿਲਮ ਨੇ ਰਿਲੀਜ਼ ਹੋਣਾ ਹੈ ਜੀ, ਅਤੇ ਦਰਸ਼ਕਾਂ ਨੂੰ ਇੰਤਜ਼ਾਰ ਹੈ ਜੀ ਆਪਣੇ ਫੇਵਰੇਟ ਐਕਟਰ ਬੱਬੂ ਮਾਨ ਦੀ ਇਸ ਫਿਲਮ ਬੰਜਾਰਾ ਦਾ। ਫਿਲਮ ਦੇ ਬਾਰੇ ਹੋਰ ਵੀ ਖੂਬਸੂਰਤ ਗੱਲਾਂ ਕਰਾਂਗੇ ਜੀ। ਫਿਲਹਾਲ ਆਪਾਂ ਨਜ਼ਰ ਮਾਰਦੇ ਹਾਂ ਇੱਕ ਟ੍ਰੇਲਰ 'ਤੇ। ਬੱਬੂ ਮਾਨ ਸਾਹਿਬ ਦੇ ਫੈਨਸ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਜੀ ਉਹਨਾਂ ਦੀ ਫਿਲਮ ਬੰਜਾਰਾ ਦਾ। ਫਿਲਮ ਦੀ ਸਟੋਰੀ ਨੂੰ ਲਿਖਿਆ ਹੈ ਜੀ ਧੀਰਜ ਰਤਨ ਨੇ, ਜੋ ਕਿ ਫੇਮਸ ਪੰਜਾਬੀ ਫਿਲਮ ਰਾਈਟਰ ਨੇ ਜੀ। ਅਤੇ ਫਿਲਮ ਦੇ ਵਿੱਚ ਬੱਬੂ ਮਾਨ ਸਾਹਿਬ ਦੇ ਨਾਲ ਐਜ਼ ਅ ਜੋੜੀਦਾਰ ਨਜ਼ਰ ਆਉਣਗੇ ਜੀ ਤੁਹਾਡੇ ਆਪਣੇ ਸਭ ਦੇ ਪਿਆਰੇ ਰਾਣਾ ਰਣਬੀਰ ਭਾਜੀ, ਅਤੇ ਇਸ ਤੋਂ ਇਲਾਵਾ 2 ਹੀਰੋਇਨਸ ਜ਼ੀਆ ਮੁਸਤਫਾ ਅਤੇ ਸ਼ਰਧਾ ਆਰਿਆ ਵੀ ਬੱਬੂ ਮਾਨ ਸਾਹਿਬ ਦੇ ਨਾਲ ਨਜ਼ਰ ਆਉਣਗੇ ਜੀ। ਅਤੇ ਗੁਰਪ੍ਰੀਤ ਭੰਗੂ ਮੈਡਮ ਨੇ ਵੀ ਬੜਾ ਸੋਹਣਾ ਕਿਰਦਾਰ ਇਸ ਫਿਲਮ ਦੇ ਵਿੱਚ ਪਲੇ ਕੀਤਾ ਹੈ ਜੀ। ਸੋ ਟਰੱਕ ਡਰਾਈਵਰਾਂ ਦੀ ਕਹਾਣੀ ਹੈ ਜੀ। ਟਰੱਕ ਡਰਾਈਵਰਾਂ ਦੇ ਨਾਲ ਵੀ ਮੈਂ ਗੱਲ ਕੀਤੀ ਸੀ, ਉਹ ਕਹਿੰਦੇ ਸਾਨੂੰ ਵੀ ਬੜੀ ਐਕਸਾਈਟਮੈਂਟ ਆ ਕਿ ਕਿਸੇ ਨੇ ਸਾਡੇ ਉੱਪਰ ਵੀ ਫਿਲਮ ਬਣਾਈ, ਉਹ ਵੀ ਪੂਰੀ ਫਿਲਮ ਬਣਾਈ। ਸੋ ਇਸ ਤੋਂ ਟਰੱਕ ਡਰਾਈਵਰ ਵੀ ਕਾਫੀ ਖੁਸ਼ ਨੇ, ਭਾਵੇਂ ਉਹ ਇੰਡੀਆ ਦੇ ਹੋਣ, ਭਾਵੇਂ ਉਹ ਕੈਨੇਡਾ ਦੇ ਹੋਣ ਜੀ, ਸਭ ਨੂੰ ਬੜੀ ਐਕਸਾਈਟਮੈਂਟ ਆ ਬੱਬੂ ਮਾਨ ਸਾਹਿਬ ਦੀ ਇਸ ਫਿਲਮ ਦੀ, ਕਿਉਂਕਿ ਬੱਬੂ ਮਾਨ ਸਾਹਿਬ ਇੱਕ ਲੌਤੇ ਇਹੋ ਜਿਹੇ ਸਿੰਗਰ ਨੇ ਜੀ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਲਈ ਸਭ ਤੋਂ ਪਹਿਲਾਂ ਇੱਕ ਸ਼ਬਦ ਵਰਤਿਆ ਗਿਆ, ਉਹ ਵਰਤਿਆ ਗਿਆ ਜੀ ਕੱਟੜ ਫੈਨ। ਮਤਲਬ ਇੰਨਾ ਜ਼ਿਆਦਾ ਬੱਬੂ ਮਾਨ ਸਾਹਿਬ ਨੂੰ ਪਿਆਰ ਕਰਦੇ ਆ ਜੀ ਪੰਜਾਬੀ ਯੰਗਸਟਰ ਮੁੰਡੇ ਕੁੜੀਆਂ ਕਿ ਆਪਣੇ ਆਪ ਨੂੰ ਉਹਨਾਂ ਦਾ ਕੱਟੜ ਫੈਨ ਕਹਿੰਦੇ ਨੇ। ਇੱਕ ਹੋਰ ਵੀ ਸਭ ਤੋਂ ਵੱਡੀ ਖਾਸ ਗੱਲ ਇਹ ਆ ਜੀ ਕਿ ਬੱਬੂ ਮਾਨ ਸਾਹਿਬ ਦਾ ਫੈਨ ਹੋਣਾ ਵੀ ਆਪਣੇ ਆਪ ਦੇ ਵਿੱਚ ਇੱਕ ਰੁਤਬਾ ਹੈ ਜੀ ਪੰਜਾਬ ਦੇ ਵਿੱਚ। ਮਤਲਬ ਕਹਿ ਲਓ ਕਿ ਮਾੜਾ ਬੰਦਾ ਤਾਂ ਬੱਬੂ ਮਾਨ ਸਾਹਿਬ ਦਾ ਫੈਨ ਵੀ ਨਹੀਂ ਹੋ ਸਕਦਾ ਜੀ। ਸੋ ਮਾਨ ਸਾਹਿਬ ਦਾ ਫੈਨ ਹੋਣਾ ਵੀ ਆਪਣੇ ਆਪ ਦੇ ਵਿੱਚ ਇੱਕ ਰੁਤਬਾ, ਇਸ ਗੱਲ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਬੱਬੂ ਮਾਨ ਸਾਹਿਬ ਨੇ ਕਿੰਨਾ ਵੱਡਾ ਰੁਤਬਾ ਹਾਸਲ ਕੀਤਾ ਹੈ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ। ਮੇਰਾ ਕੋਈ ਨਹੀਂ ਬਚਿਆ, ਮੈਨੂੰ ਦਸਤਾਰ ਦੀ ਸੌਂ, ਮੈਂ ਸਰਦਾਰ ਆ, ਸਰਦਾਰ ਤਾਂ ਬਣੇ ਮਜਲੂਮਾਂ ਦੀ ਰਾਖੀ ਲਈ। ਫਿਲਮ ਦੇ ਵਿੱਚ ਬੱਬੂ ਮਾਨ ਸਾਹਿਬ 3 ਹੀਰੋਇਨਸ ਦੇ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆਉਣਗੇ ਜੀ। ਇੱਕ ਤੀਸਰਾ ਨਾਮ ਹੀਰੋਇਨ ਦਾ ਜਿਹੜਾ ਕਿ ਮੈਂ ਭੁੱਲ ਗਿਆ ਸੀ ਜੀ, ਉਹ ਮੈਂ ਤੁਹਾਡੇ ਨਾਲ ਹੁਣ ਸਾਂਝਾ ਕਰਦਾ, ਉਹ ਹੈਗਾ ਜੀ ਸਾਰਾ ਖੱਤਰੀ ਦਾ। ਮਤਲਬ ਸਾਰਾ ਖੱਤਰੀ, ਜੀਆ ਮੁਸਤਫਾ ਅਤੇ ਸ਼ਰਧਾ ਆਰਿਆ, ਇਹ 3 ਐਕਟਰੈਸਿਸ ਨੇ ਬੱਬੂ ਮਾਨ ਸਾਹਿਬ ਦੇ ਨਾਲ ਬੰਜਾਰਾ ਮੂਵੀ ਦੇ ਵਿੱਚ, ਕਿਉਂਕਿ ਜਿਵੇਂ ਜਿਵੇਂ 3 ਕੈਰੈਕਟਰ ਬੱਬੂ ਮਾਨ ਸਾਹਿਬ ਦੇ ਚੱਲਣਗੇ, ਉਵੇਂ ਉਵੇਂ ਇਹਨਾਂ 3 ਹੀਰੋਇਨਸ ਦੇ ਕੈਰੈਕਟਰ ਫਿਲਮ ਦੇ ਵਿੱਚ ਸਾਨੂੰ ਦਿਖਾਈ ਦੇਣਗੇ ਜੀ। 47 ਦਾ ਦੌਰ ਫਿਲਮ ਦੇ ਵਿੱਚ ਦਿਖਾਇਆ ਗਿਆ ਜੀ, ਅਤੇ ਮਾਡਰਨ ਜ਼ਮਾਨਾ ਵੀ ਟਰੱਕਿੰਗ ਦਾ ਦਿਖਾਇਆ ਗਿਆ ਜੀ। ਸੋ ਹੁਣ ਦੇਖਦੇ ਹਾਂ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਇਸ ਨੂੰ ਫਿਲਮਾਇਆ ਗਿਆ ਉਹ ਆਪਾਂ ਨੂੰ ਪਤਾ ਲੱਗੇਗਾ ਜੀ 7 ਦਸੰਬਰ ਨੂੰ। ਫਿਲਹਾਲ ਚਾਰੇ ਪਾਸੇ ਇੰਤਜ਼ਾਰ ਹੈ ਜੀ, ਹਰ ਬੰਦਾ ਬੇਸਬਰੀ ਦੇ ਨਾਲ 7 ਦਸੰਬਰ ਦਾ ਇੰਤਜ਼ਾਰ ਕਰ ਰਿਹਾ ਜੀ। ਬੱਬੂ ਮਾਨ ਦੇ ਫੈਨਸ ਜਿਹੜੇ ਕਿ ਕੱਟੜ ਫੈਨਸ ਨੇ, ਉਹਨਾਂ ਨੂੰ ਬੜਾ ਇੰਤਜ਼ਾਰ ਹੈ ਜੀ। ਸੋ ਦੇਖਦੇ ਹਾਂ ਜੀ ਫਿਰ ਹੁਣ 7 ਦਸੰਬਰ ਨੂੰ ਕਿੰਨੀ ਕੁ ਪਸੰਦ ਆਉਂਦੀ ਹੈ ਮਾਨ ਸਾਹਿਬ ਦੀ 4 ਸਾਲਾਂ ਬਾਅਦ ਆ ਰਹੀ ਫਿਲਮ ਬੰਜਾਰਾ। ਸੋ ਸਾਡੇ ਵੱਲੋਂ ਇਹੀ ਰਿਕੁਐਸਟ ਹੈ ਜੀ ਕਿ ਤੁਸੀਂ ਜ਼ਰੂਰ ਇਸ ਫਿਲਮ ਨੂੰ ਵੇਖਣ ਜਾਣਾ ਜੀ। ਸੋ ਉਮੀਦ ਹੈ ਜੀ ਕਿ ਇਹ ਫਿਲਮ ਡੈਫੀਨੇਟਲੀ ਤੁਹਾਨੂੰ ਐਂਟਰਟੇਨ ਕਰੇਗੀ ਜੀ। ਸੋ ਗੱਲ ਪੰਜਾਬ ਦੀ ਦੇ ਇਸ ਸਪੈਸ਼ਲ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਜੀ। ਮੈਨੂੰ ਯੋਗੇਸ਼ ਗੁਰਨਾ ਨੂੰ ਦਿਓ ਇਜਾਜ਼ਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੰਗਾ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਹੈ। ਚੰਗਾ ਸਾਥੀ ਹੋਵੇ ਤਾਂ ਸਫ਼ਰ ਮੁੱਕ ਜਾਂਦਾ ਹੈ। ਨੱਚਣੇ ਦਾ ਮੂਡ ਅੱਜ ਪੂਰਾ ਜ਼ਰਦਾਰ ਦਾ, ਨੱਚਣੇ ਦਾ ਮੂਡ ਅੱਜ ਪੂਰਾ।